तीन कृषि कानून के विरोध के चलते दिल्ली में प्रदर्शन लगातार जारी है, जिसके चलते जलंधर में आज किसानों ने बीजेपी नेताओं के घर घेरे। आप इस समय पीली कोठी की तस्वीरें सीधा देख सकते हैं, जिसमें किसानों ने पीली कोठी का घेराव किया हुआ है। किसानों और पुलिस में मुठभेड़ लगातार जारी है। आपको बता दें कि किसानों ने पीली कोठी के बाहर अमित शाह और मोदी का पुतला फूका है और उनका कहना है कि जलंधर शहर दे विच सवेर तो प्रचार शुरू होया सीगा और एडमिनिस्ट्रेशन नू लोगों ने भी बड़ा साथ दिता, उन्हां दा धन्नवाद करदे। बड़े पीसफुल तरीके नाल प्रोटेस्ट खत्म हो गया। ठीक है, डेमोक्रेसी है, डेमोक्रेटिक वे हैगा, लोगों का राइट है, बट बहुत ही पीसफुल तरीके दे नाल और पीसफुली ये खत्म हो गया। असी सारे इन्हां लोगों का धन्नवाद करते, शहर दे लोगों का, भी जिन्होंने कोई भी लैंड ऑर्डर की सिचुएशन खराब नहीं होने दिता और पीसफुली प्रोटेस्ट करके अपना घरों वापस जा रहे। थैंक यू। FIR दर्ज हो रही है, जो कुछ भी किसानों के उत्ते धक्का हो रहा है। जो हिंदुस्तान आजाद भी होया सी ना, उहदे च प्रॉक्सी मेनली 127 बंदियां नूं फांसी दित्ती गई सी, जिहदे चों 91 पंजाब दे सी। 2260 बंदियां नूं उम्र कैद हुई सी, जिहदे चों 1898 बंदे जिहड़े आ ਉਹ ਪੰਜਾਬ ਦੇ ਸੀਗੇ। FIR ਤਾਂ ਬਹੁਤ ਦੂਰ ਦੀ ਗੱਲ ਆ, ਜਿਹੜਾ ਮਰਜ਼ੀ ਜ਼ੁਲਮ ਜੋ ਤੁਸੀਂ ਦੇਖਿਆ ਹੀ ਆ, ਜੇ ਆਮ ਲੋਕ ਹੁੰਦੇ ਤਾਂ ਕੀ ਉਹ ਆਪਣਾ ਹਰਿਆਣਾ ਕ੍ਰੋਸ ਕਰ ਸਕਦੇ ਸੀ? ਪਰ ਕਿਸੇ ਵੀ ਕਿਸਾਨ ਨੇ ਕਿਸੇ ਵੀ ਲੈਵਲ 'ਤੇ ਇੱਕ ਵੀ ਲਫਜ਼ ਨਹੀਂ ਵਰਤਿਆ, ਨਾ ਕਿਸੇ ਨਾਲ ਮੁਲਾਜ਼ਮ ਨਾਲ ਲੜੇ ਆ, ਨਾ ਕਿਸੇ ਦੇ ਨਾਲ ਉਹਨਾਂ ਨੇ ਧੱਕੇਸ਼ਾਹੀ ਕੀਤੀ ਆ। ਜੋ ਕੁਛ ਵੀ ਹੋਇਆ ਆ, ਸਾਰਿਆਂ ਨੇ ਨਿਮਰਤਾ ਸਹਿਤ ਬੇਨਤੀ ਕਰਕੇ ਕੀਤਾ ਆ। 8 ਤਰੀਕ ਦਾ ਜਲੰਧਰ, ਪੂਰਾ ਪੰਜਾਬ, ਪੂਰਾ ਭਾਰਤ, ਪੂਰਾ ਹਿੰਦੁਸਤਾਨ ਬੰਦ ਸੀ, ਪਰ ਅਸੀਂ ਉਹਦੀ ਜਿਹੜੀ ਤਰੀਕ ਆ ਉਹ ਪਹਿਲਾਂ ਦੇ ਚੁੱਕੇ ਸੀਗੇ। ਅਸੀਂ ਐਡਮਿਨਿਸਟ੍ਰੇਸ਼ਨ ਨੂੰ, ਅਸੀਂ ਦੁਕਾਨਦਾਰਾਂ ਨੂੰ, ਅਸੀਂ ਆਉਣ ਜਾਣ ਵਾਲੇ ਰਾਹੀਆਂ ਨੂੰ ਕਿਸੇ ਪ੍ਰਕਾਰ ਦੀ ਤੰਗੀ ਦੇਣਾ ਨਹੀਂ ਚਾਹੁੰਦੇ, ਕਿਉਂਕਿ ਸਾਨੂੰ ਇੱਕ ਗੱਲ ਦਾ ਜ਼ਰੂਰ ਆਉਂਦਾ ਹਰ ਵੇਲੇ ਕਿ ਜਿਹੜੀ ਇੱਥੇ ਆਪਾਂ ਜਿੰਨੇ ਵੀ ਆਪਾਂ ਇੱਥੇ ਲੋਕ ਖੜ੍ਹੇ ਹਾਂ, ਚਾਹੇ ਉਹ ਪੁਲਿਸ ਅਫਸਰ ਸਾਹਿਬਾਨ ਆ, ਚਾਹੇ ਮੁਲਾਜ਼ਮ ਆ, ਚਾਹੇ ਅਸੀਂ ਹਾਂ, ਹਰ ਇੱਕ ਦਾ ਬੱਚਾ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨੀਅਤ ਦੇ ਨਾਲ ਰਿਲੇਟਡ ਹੈਗਾ ਆ। ਮਨ ਐਡਮਿਨਿਸਟ੍ਰੇਸ਼ਨ ਦਾ ਵੀ ਕਰਦਾ ਆ ਕਿ ਅਸੀਂ ਇਹਨਾਂ ਦਾ ਸਾਥ ਦਈਏ, ਪਰ ਲਾਓ ਐਂਡ ਆਰਡਰ ਨੂੰ ਆਪਾਂ ਖੜ੍ਹਾ ਰੱਖਣਾ ਆ। ਸਾਰੀ ਸਰਕਾਰ ਦੇ ਅਫਸਰ ਸਾਹਿਬਾਨ, ਸ਼ਹਿਰ ਦੇ CP ਸਾਹਿਬ, DCP ਸਾਹਿਬ ਸਰਦਾਰ ਬਲਕਾਰ ਸਿੰਘ ਹੋਣੀ, DCP ਸਾਹਿਬ ਸਰਦਾਰ ਗੁਰਮੀਤ ਸਿੰਘ ਹੋਣੀ, ਸਰਦਾਰ ਹਰਪ੍ਰੀਤ ਸਿੰਘ ਬੈਰੀਪਾਲ ਹੋਣੀ, ਪੂਰੇ ਟ੍ਰੈਫਿਕ ਦਾ ਜਿਹੜਾ ਕੰਟਰੋਲ ਆ ਡੋਗਰਾ ਸਾਹਿਬ ਦੇ ਹੱਥ 'ਚ ਆ, ਸ਼੍ਰੀ ਗਣੇਸ਼ ਕੁਮਾਰ ਜੀ ਦੇ ਹੱਥ 'ਚ ਆ, ਸਾਰੇ